ਇਹ ਨੁਸਖਾ ਸਿਰਫ 4 ਦਿਨ ਲੈ ਲਓ। ਹੱਥਾਂ ਪੈਰਾਂ ਦਾ ਦਰਦ, ਕਮਰ ਦਰਦ, ਨੀਂਦ ਨਾ ਆਉਣ ਦੀ ਸਮੱਸਿਆ, ਥਕਾਨ, ਕਮਜ਼ੋਰੀ ਅਤੇ ਖੂਨ ਦੀ ਕਮੀ ਪੂਰੀ ਉਮਰ ਨਹੀਂ ਹੋਵੇਗੀ। ਜੇ ਤੁਹਾਡੇ ਸਰੀਰ ਵਿੱਚ ਪੂਰਾ ਦਿਨ ਥਕਾਨ ਰਹਿੰਦੀ ਹੈ, ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ, ਹੱਥ ਪੈਰ ਸੁੰਨ ਹੋ ਜਾਂਦੇ ਹਨ ਅਤੇ ਜੋੜਾਂ ਵਿੱਚ ਤੇਜ਼ ਦਰਦ ਹੁੰਦਾ ਹੈ, ਤਾਂ ਇਹ ਨੁਸਖਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ। ਇਸ ਤੋਂ ਇਲਾਵਾ ਸਰੀਰ ਵਿੱਚ ਅਕੜਨ ਰਹਿੰਦੀ ਹੈ ਅਤੇ ਮਾਸਪੇਸ਼ੀਆਂ ਵਿੱਚ ਦਰਦ ਹੁੰਦਾ ਹੈ। ਇਹ ਦਰਦ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਅਤੇ ਪ੍ਰੋਟੀਨ ਦੀ ਕਮੀ ਦੇ ਕਾਰਨ ਹੋ ਰਿਹਾ ਹੈ। ਇਸ ਦੇ ਨਾਲ ਨਾਲ ਬਾਲ ਝੜ ਰਹੇ ਹਨ ਅਤੇ ਚਿਹਰਾ ਮੁਰਝਾਇਆ ਹੋਇਆ ਰਹਿੰਦਾ ਹੈ ਅਤੇ ਯਾਦਾਸ਼ਤ ਕਮਜ਼ੋਰ ਹੋ ਗਈ ਹੈ। ਜੇ ਤੁਹਾਨੂੰ ਵੀ ਇਹਨਾਂ ਸਮੱਸਿਆਵਾਂ ਵਿੱਚੋਂ ਕੋਈ ਵੀ ਸਮੱਸਿਆ ਰਹਿੰਦੀ ਹੈ, ਤਾਂ ਅੱਜ ਦੱਸੇ ਹੋਏ ਘਰੇਲੂ ਨੁਸਖੇ ਨੂੰ ਜ਼ਰੂਰ ਅਪਣਾਓ। ਇਹ ਨੁਸਖਾ ਬਹੁਤ ਹੀ ਜ਼ਿਆਦਾ ਅਸਰਦਾਰ ਹੈ। ਸਿਰਫ 3-4 ਦਿਨਾਂ ਬਾਅਦ ਹੀ ਤੁਹਾਨੂੰ ਅਸਰ ਦਿਖਣ ਲੱਗੇਗਾ। ਚਲੋ ਹੁਣ ਤੁਹਾਨੂੰ ਦੱਸਦੇ ਹਾਂ ਇਹ ਨੁਸਖਾ ਬਣਾਉਣਾ ਕਿਸ ਤਰ੍ਹਾਂ ਹੈ ਅਤੇ ਲੈਣਾ ਕਿਸ ਤਰ੍ਹਾਂ ਹੈ। ਇਸ ਤੋਂ ਪਹਿਲਾਂ ਜੇ ਤੁਸੀਂ ਸਾਡਾ ਫੇਸਬੁੱਕ ਅਤੇ ਯੂਟਿਊਬ ਚੈਨਲ ਸਿਹਤ ਪੰਜਾਬ ਹੈਲਥ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ। ਇਸ ਨੁਸਖੇ ਲਈ ਸਾਨੂੰ 4 ਚੀਜ਼ਾਂ ਦੀ ਜ਼ਰੂਰਤ ਪਵੇਗੀ। ਸਭ ਤੋਂ ਪਹਿਲੀ ਚੀਜ਼ ਹੈ ਮਖਾਣੇ। ਮਖਾਣੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਇਹਨਾਂ ਵਿੱਚ ਮੈਗਨੀਸ਼ੀਅਮ, ਆਇਰਨ, ਪੋਟੈਸ਼ੀਅਮ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਡਾਇਬਟੀਜ਼ ਅਤੇ ਦਿਲ ਦੇ ਮਰੀਜ਼ਾਂ ਲਈ ਵੀ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਇਹ ਸਰੀਰ ਵਿੱਚ ਤਾਕਤ ਭਰ ਦਿੰਦੇ ਹਨ ਅਤੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਦੇ ਹਨ। ਇਹਨਾਂ ਵਿੱਚ ਪ੍ਰੋਟੀਨ ਅਤੇ ਐਂਟੀ ਐਂਜਿੰਗ ਗੁਣ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜਿਸ ਨਾਲ ਚਮੜੀ ਅਤੇ ਬਾਲਾਂ ਦੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ। ਇੱਥੇ ਆਪਾਂ 1 ਕਟੋਰੀ ਮਖਾਣੇ ਲਵਾਂਗੇ। ਹੁਣ ਦੂਜੀ ਚੀਜ਼ ਜੋ ਲੈਣੀ ਹੈ ਉਹ ਹੈ ਸੁੱਕਿਆ ਹੋਇਆ ਨਾਰੀਅਲ। ਜੇ ਤੁਸੀਂ ਰੋਜ਼ਾਨਾ 1 ਟੁਕੜਾ ਨਾਰੀਅਲ ਦਾ ਖਾਂਦੇ ਹੋ ਤਾਂ ਤੁਹਾਨੂੰ ਬੁਢਾਪੇ ਤੱਕ ਜੋੜਾਂ ਦੀ ਕਮਜ਼ੋਰੀ ਨਹੀਂ ਹੋਵੇਗੀ, ਕਿਉਂਕਿ ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਇਹ ਜੋੜਾਂ ਦੇ ਗਰੀਸ ਨੂੰ ਬਣਾ ਕੇ ਰੱਖਦੇ ਹਨ। ਜੇ ਤੁਹਾਨੂੰ ਗਠੀਆ ਅਤੇ ਆਰਥਰਾਈਟਿਸ ਦੀ ਸਮੱਸਿਆ ਹੋ ਗਈ ਹੈ ਤਾਂ ਸੁੱਕਾ ਨਾਰੀਅਲ ਜ਼ਰੂਰ ਲਓ। ਸੁੱਕੇ ਨਾਰੀਅਲ ਵਿੱਚ ਕਾਪਰ ਹੁੰਦਾ ਹੈ ਜੋ ਦਿਮਾਗ ਨੂੰ ਤੇਜ਼ ਕਰਦਾ ਹੈ। ਜੇ ਤੁਹਾਡੀ ਯਾਦਾਸ਼ਤ ਕਮਜ਼ੋਰ ਹੋ ਗਈ ਹੈ ਤਾਂ ਫਿਰ ਵੀ ਸੁੱਕਾ ਨਾਰੀਅਲ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਇੱਥੇ ਆਪਾਂ 1 ਮੁੱਠੀ ਸੁੱਕਾ ਨਾਰੀਅਲ ਲਵਾਂਗੇ। ਹੁਣ ਅਗਲੀ ਚੀਜ਼ ਜੋ ਲੈਣੀ ਹੈ ਉਹ ਹੈ ਸੌਂਫ। ਸੌਂਫ ਦੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਇਹ ਹਾਜ਼ਮੇ ਨੂੰ ਤੇਜ਼ ਕਰਦੀ ਹੈ, ਗੈਸ ਅਤੇ ਐਸੀਡਿਟੀ ਦੀ ਸਮੱਸਿਆ ਨੂੰ ਬਿਲਕੁਲ ਠੀਕ ਕਰ ਦਿੰਦੀ ਹੈ। ਇਸ ਦੇ ਨਾਲ ਨਾਲ ਇਹ ਯਾਦਾਸ਼ਤ ਨੂੰ ਵਧਾਉਂਦੀ ਹੈ ਅਤੇ ਖੂਨ ਨੂੰ ਸਾਫ਼ ਕਰਦੀ ਹੈ। ਸੌਂਫ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਸੌਂਫ ਸਾਡੇ ਸਰੀਰ ਦੀ ਥਕਾਨ ਅਤੇ ਕਮਜ਼ੋਰੀ ਨੂੰ ਵੀ ਦੂਰ ਕਰਦੀ ਹੈ। ਇੱਥੇ ਆਪਾਂ 2 ਚਮਚ ਸੌਂਫ ਲਵਾਂਗੇ। ਹੁਣ ਅਗਲੀ ਚੀਜ਼ ਜੋ ਲੈਣੀ ਹੈ ਉਹ ਹੈ ਮਿਸ਼ਰੀ। ਮਿਸ਼ਰੀ ਸਾਡੇ ਪੇਟ ਨੂੰ ਠੰਡਾ ਰੱਖਦੀ ਹੈ ਅਤੇ ਗਲੇ ਦੀ ਖਰਾਸ਼ ਨੂੰ ਦੂਰ ਕਰਦੀ ਹੈ। ਇਸ ਤੋਂ ਇਲਾਵਾ ਇਹ ਸਰੀਰ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਦੀ ਹੈ। ਇਹ ਸਰੀਰ ਦੀ ਕਮਜ਼ੋਰੀ ਨੂੰ ਵੀ ਦੂਰ ਕਰ ਦਿੰਦੀ ਹੈ। ਇੱਥੇ ਆਪਾਂ 1 ਚਮਚ ਮਿਸ਼ਰੀ ਲਵਾਂਗੇ। ਜੇ ਤੁਹਾਨੂੰ ਡਾਇਬਟੀਜ਼ ਹੈ ਤਾਂ ਮਿਸ਼ਰੀ ਦਾ ਇਸਤੇਮਾਲ ਨਾ ਕਰੋ। ਹੁਣ ਇਸ ਨੁਸਖੇ ਲਈ ਮਖਾਣਿਆਂ ਨੂੰ ਸਭ ਤੋਂ ਪਹਿਲਾਂ ਥੋੜ੍ਹਾ ਜਿਹਾ ਭੁੰਨ ਲਓ, ਫਿਰ ਇਹ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਪਾਊਡਰ ਬਣਾ ਲਓ। ਇਹ ਪਾਊਡਰ ਤੁਸੀਂ ਲੰਬੇ ਸਮੇਂ ਤੱਕ ਰੱਖ ਸਕਦੇ ਹੋ, ਇਹ ਖਰਾਬ ਨਹੀਂ ਹੁੰਦਾ। ਇਹ ਪਾਊਡਰ ਬਹੁਤ ਹੀ ਜ਼ਿਆਦਾ ਅਸਰਦਾਰ ਹੈ, ਇਸ ਦਾ ਸੇਵਨ ਹਰ ਕੋਈ ਕਰ ਸਕਦਾ ਹੈ। ਇਸ ਪਾਊਡਰ ਨੂੰ ਲੈਣ ਨਾਲ ਸਰੀਰ ਵਿੱਚ ਤਾਕਤ ਭਰ ਜਾਵੇਗੀ, ਹੱਡੀਆਂ ਦਾ ਦਰਦ ਠੀਕ ਹੋ ਜਾਵੇਗਾ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ। ਇਸ ਤੋਂ ਇਲਾਵਾ ਥਕਾਨ, ਆਲਸ ਅਤੇ ਸੁਸਤੀ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ। ਇਸ ਨੁਸਖੇ ਨੂੰ ਦੁੱਧ ਨਾਲ ਲੈਣਾ ਹੈ। ਇਸ ਦੇ ਲਈ 1 ਗਲਾਸ ਦੁੱਧ ਵਿੱਚ 2 ਚਮਚ ਇਸ ਪਾਊਡਰ ਦਾ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਲਓ। ਜੇ ਤੁਹਾਨੂੰ ਬਹੁਤ ਜ਼ਿਆਦਾ ਕਮਜ਼ੋਰੀ ਅਤੇ ਜੋੜਾਂ ਵਿੱਚ ਦਰਦ ਹੁੰਦਾ ਹੈ ਤਾਂ ਤੁਸੀਂ ਇਸ ਨੁਸਖੇ ਨੂੰ 2 ਵਾਰ ਵੀ ਲੈ ਸਕਦੇ ਹੋ, 1 ਵਾਰ ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਅਤੇ 1 ਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਲਓ। ਸਿਰਫ 4-5 ਦਿਨਾਂ ਬਾਅਦ ਹੀ ਦੇਖੋਗੇ ਤੁਹਾਡਾ ਸਰੀਰ ਐਕਟਿਵ ਹੋ ਜਾਵੇਗਾ। ਉਮੀਦ ਹੈ ਇਹ ਨੁਸਖਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਵੀਡੀਓ ਦੇਖਣ ਲਈ ਧੰਨਵਾਦ।